अल्लाम आलकम वरक इस मुख्तसर से वक्त में मैं आपके सामने वो ऐत करीमा तलावत करना चाहता हूँ जिसमें अल्लाह रब्बुल रब्ज़त ने फरमाया मा अरसलना का इल्ला वम और कामआलमिन क्या लोगों, मैंने तुम मोहम्मद रसोल्लासम को दो जहानों की रहमत बनाकर भेजा है आप इन्ने वड्डे रसूल इन्ने आजमत वाले रसूल इन्नेज्ज़त वाले रसूल के दुश्मन भी आप दिया सिफताँ बयान कर दे आप सल्लल्लाहु अलैहि वसल्लम ने ਜਿਸ ਵਕਤ ਆਪਣੇ ਅਜ਼ੀਜ਼ ਉਹ ਆਕਾਰਬ ਨੂੰ ਪਹਿਲੀ ਦਾਵਤ ਦਿੱਤੀ ਤੇ ਉਹਨਾਂ ਨੂੰ ਇੱਕ ਸਵਾਲ ਕੀਤਾ ਕਿਆ ਕਹ ਲੋਗੋ ਕਈ ਫਵਜਤ ਮੂਨੀ ਕਿ ਤੁਸੀਂ ਮੈਨੂੰ ਬਚਪਨ ਚ ਵੇਖਿਆ ਲਟਕਪਨ ਚ ਵੇਖਿਆ ਔਰ ਜਵਾਨੀ ਜੀ ਤੁਸੀਂ ਮੈਨੂੰ ਵੇਖਿਆ 40 ਸਾਲ ਦੀ ਉਮਰ ਮੈਂ ਤੁਹਾਡੇ ਵਿੱਚ ਗੁਜ਼ਾਰੀ ਏ ਕਈ ਫਰਵਜਤ ਤੁਮੂਨੇ ਇਹ ਸਵਾਲ ਅਜ਼ੀਜ਼ੁ ਅਕਾਰਬ ਨੂੰ ਹੋ ਰਿਹਾ ਹੈ ਕਿਸ ਤਰ੍ਹਾਂ ਤੁਸੀਂ ਮੈਨੂੰ ਪਾਇਆ ਨਾ ਕਿਹਾ ਸੀ ਤੇ ਤੈਨੂੰ ਸਾਦਕੋ ਅਮੀਨ ਪਾਇਆ ਇਹ ਦੁਨੀਆ ਦਾ ਕੋਈ ਇਨਸਾਨ ਖਾਸ ਕਰਕੇ ਆਪਣੀ ਕੌਮ ਦੇ ਸਾਹਮਣੇ ਇਹ ਸਵਾਲ ਨਹੀਂ ਕਰ ਸਕਦਾ ਕਿ ਮੈਂ ਲਟਕਪਨ ਬਚਪਨ ਜਵਾਨੀ ਤੇ ਫਿਰ فرمایا ਕਿ ਅਗਰ ਤੁਸੀਂ ਸਾਦਕੋ ਅਮੀਨ ਮੈਨੂੰ ਪਾਇਆ ਤੇ ਲਾ ਇਲਾਹਾ ਇਲਾ ਅੱਲਾ ਮੁਹੰਮਦ ਰਸੂਲ ਅੱਲਾ ਦਾ ਇਕਰਾਰ ਕਰ ਲਓ ਆਪ ਦਾ ਲਕਬ ਸਾਦਕ ਉ ਅਮੀਨ ਜਵਾਨੀ ਚ ਸੀ ਆਪ اخلاقیات ਦੇ ਪੈਕਰ ਸਨ ਨਮੂਨਾ اخلاقیات ਦਾ ਸਿਲਾ ਰਹਿਮੀ ਆਪ ਦੇ ਦਰਸਾਂ ਚ ਸ਼ਾਮਲ ਯਤੀਮਾਂ ਦੀ ਕਫਾਲਤ ਆਪ ਦੀ ਤਲੀਮਤ ਪੜੋਸੀਆਂ ਦੇ ਹਕੂਕ ਤਜਾਰਤ ਦੇ ਵਿੱਚ ਇਮਾਨਦਾਰੀ ਸਿਲਾ ਰਹਿਮੀ ਔਰ ਦੁਸ਼ਮਨਾਂ ਦੇ ਨਾਲ ਵੀ ਇਸ ਤਰ੍ਹਾਂ ਪੇਸ਼ ਆਏ ਕਿ ਦੁਸ਼ਮਨ ਆਪ ਦੀਆਂ ਸਿਫਤਾਂ ਦੁਸ਼ਮਨਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ ਐਸੀ ਸਦਾਕਤ ਦਾ ਨਮੂਨਾ ਮਾਫ ਕਰ ਦਿੰਦੇ ਜ਼ਾਲਮਾਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਮਾਫ ਕਰ ਦਿੰਦੇ ਜ਼ਾਲਮਾਂ ਤੋਂ ਦੁਰ ਗੁਜ਼ਰ ਕਰਦੇ ਜ਼ਿਆਤੀਆਂ ਕਰਨ ਵਾਲਿਆਂ ਨੂੰ ਮਾਫ ਕਰ ਦਿੰਦੇ ਐਸੀ اخلاقیات ਪੇਸ਼ ਕੀਤੀ ਕਿ ਜਿੰਦੀ ਕਿਆਮ ਤੱਕ ਮਿਸਾਲ ਨਹੀਂ ਮਿਲਦੀ ਆਪਣੇ ਸਹਾਬਾ ਦੇ ਨਾਲ 124000 ਸਹਾਬਾ ਦੇ ਨਾਲ ਇਸ ਤਰ੍ਹਾਂ ਪੇਸ਼ ਆਏ ਕਿ तमाम ਦੇ तमाम ਸਹਾਬਾ ਇਹ ਸੋਚਦੇ ਹਨ ਕਿ ਸਭ ਤੋਂ ਜ਼ਿਆਦਾ ਮੇਰੇ ਨਾਲ ਮੇਰੇ ਆਕਾ ਦੀ ਮੁਹੱਬਤ ਹੈ ਇਹ ਹੈ ਉਹ ਪੀਰ ਔਰ ਆਪਣੇ ਸਹਾਬਾ ਦੇ ਵਿੱਚ ਇਸ ਤਰ੍ਹਾਂ ਬੈਠ ਜਾਂਦੇ कि बार तो आने वाले काफले दरियाफ्त कर दे फीना मुहम्मद मुहम्मद सल्लल्लाहु अलैहि वसल्लम कितने ने आप उन्होंने तशरीफ फरमाते फरमाते कि मैं मुहम्मद बिन अब्दुल्ला सल्लल्लाहु अलैहि वसल्लम वसलम इसमें वो हकीकी पीरों मुर्शद कि जिन्ना दस्या कि पीरों मुर्शद का मकाम की है सहाबादे खादे उन्होंने उन्होंने ना गुफ्तगू करते ਉਨਾਂ ਦੇ ਨਾਲ ਪਿਆਰ ਉਹ ਮੁਹੱਬਤ ਕਰਦੇ ਔਰ ਹਰ ਸਾਹੀਬ ਇਹ ਸੋਚਦਾ ਕਿ ਸ਼ਾਇਦ ਮੇਰੇ ਨਾਲ ਸਭ ਤੋਂ ਜ਼ਿਆਦਾ ਮੁਹੱਬਤ ਹੈ ਜੋ ਤਜ਼ਕਰਾ ਕਰਦਾ ਤੇ ਇਹ ਜ਼ਾਹਰ ਕਰਦਾ ਕਿ ਮੇਰੇ ਨਾਲ ਮੇਰੇ ਆਕਾ ਨੂੰ ਸਭ ਤੋਂ ਜ਼ਿਆਦਾ ਮੁਹੱਬਤ ਹੈ ਤੇ ਦੁਆ ਹੈ ਕਿ ਲਾਹ ਰੱਬੁਲ ਇਜ਼ਜ਼ ਸਾਨੂੰ ਤੋਫੀਕ عطا فرمائے ਕਿ ਅਸੀਂ ਉਹਦੇ ਮਹਿਬੂਬ ਨਾਲ ਹਕੀਕਤ ਦੇ ਵਿੱਚ ਮੁਹੱਬਤ ਕਰੀਏ ਤੋਂ ਇਸੇ ਲਈ अल्लाह रब इज़त ने फरमाया व मारसल ना का रहमतमीन ऐ मेरे महबूब असी तो तेन दो जहाना वास्ते तमाम जहाना वास्ते राहमत बना के भेजे है दुआ अल्लाह रब इज़्ज़त सानू प्यारे महबूब दियाँ सुनतों ते अमल पैरा होने दी तोहफी कथा फरमाए वा वाह हो नबी